ਇੱਕੋ ਮੀਟਿੰਗ ਸੈੱਟ ਸਫਾਈ ਜਿੰਨਾ ਚਿਰ ਸੀਐਮ ਸਾਹਿਬ ਨਹੀਂ ਬੈਠਦੇ ਉਹਨਾਂ ਨਾਲ ਬੈਠ ਕੇ ਉਹ ਕੀ ਲੈ ਕੇ ਆਉਂਦੇ ਨੇ ਸਾਡੇ ਮੰਗ ਪੱਤਰ ਬਾਰੇ ਕੀ ਸੋਚਦੇ ਨੇ ਸੈੱਟ ਸਫਾਈ ਹਾਂ ਕਿ ਨਾ ਹਾਂ ਉਸ ਤੋਂ ਬਾਅਦ ਹੀ ਕੁਛ ਨਿਕਲਣਾ ਕਿਉਂਕਿ ਅਜੇ ਤਾਂ ਸਾਡਾ ਉਹ ਮੰਗ ਪੱਤਰ ਤੇ ਕੋਈ ਚਰਚਾ ਨਹੀਂ ਨਾ ਹੋ ਸਕੀ। ਇਹ ਚਰਚਾ ਜੋ ਹੋਈ ਹੈ ਇਹ ਤਾਂ ਪ੍ਰਸ਼ਾਸਨ ਦੀ ਸੀਐਮ ਸਾਹਿਬ ਨੇ ਕੋਈ ਅਧਿਕਾਰੀਆਂ ਨਾਲ ਕੀਤੀ ਹੈ ਕਿ ਨਹੀਂ ਕੀਤੀ ਹੈ, ਕਿ ਕਿਹੜੀ ਗੱਲ ਤੇ ਪੋਜ਼ਿਟਿਵ ਹੈ ਕਿਹੜੀ ਗੱਲ ਤੇ ਨੈਗੇਟਿਵ ਸੋਚਦੇ ਆ, ਇਹ ਤਾਂ ਉਹਨਾਂ ਨਾਲ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਅਸੀਂ ਕੁਛ ਕਹਿਣ ਦੀ ਹਾਲਤ। ਧਰਨਾ ਚੱਲ ਰਿਹਾ ਜੀ, ਹੁਣ ਅਸੀਂ ਵੀ ਵਿਚਾਰਾਂ ਦੇ ਸਾਰੀ ਹਾਲਤ ਵਿਚਾਰਾਂ ਤੇ ਅਸੀਂ ਤਾਂ ਕਹਿ ਹੀ ਆ ਨਾ ਅਸੀਂ ਅੱਜ ਮੀਟਿੰਗ ਕਰਨੀ ਹੈ ਜਾਂ ਕੱਲ ਕੀ ਅਗਰ ਮੀਟਿੰਗ ਪੋਜ਼ਿਟਿਵ ਹੋਤੀ ਹੈ ਤੋ ਕਿਆ ਆਪਣਾ ਹਟਾ ਦੇਂਗੇ ਔਰ ਨੈਗੇਟਿਵ ਹੋਤੀ ਹੈ ਤੋ ਕਿਆ ਧਰਨਾ? ਜਦੋਂ ਪੋਜ਼ਿਟਿਵ ਜਾਂ ਨੈਗੇਟਿਵ ਜੋ ਵੀ ਹੋਊਗੀ ਤੁਹਾਨੂੰ ਦੱਸਾਂਗੇ ਅਸੀਂ। ਸੀਐਮ ਸਾਹਿਬ ਨਾਲ ਮੀਟਿੰਗ ਆ, ਉਹ ਤੋਂ ਬਾਅਦ ਜੋ ਕੁਛ ਫੈਸਲਾ ਹੋਊਗਾ ਸੁਣੋ ਸਰ। ਮੇਨ ਸਰ ਡਿਮਾਂਡ ਕੀ ਕੀ ਸੀ ਜਿਨ੍ਹਾਂ ਨੂੰ? ਡਿਮਾਂਡ ਮੰਗ ਪੱਤਰ ਆਪਣੀ ਬਹੁਤ ਵਾਰੀ ਚਰਚਾ ਹੋ ਗਈ ਯਾਰ, ਖੇਤੀਬਾੜੀ ਕਿਸਾਨ ਮਜ਼ਦੂਰ ਪੱਖੀ ਵਾਤਾਵਰਨ ਨੀਤੀ ਹੈ ਜਿਹੜੀ ਕਿਸਾਨ ਖੇਤੀ ਨੀਤੀ ਉਹਦੇ ਬਾਰੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ। ਹਾਂ ਜੀ ਧਰਨਾ ਜਾਰੀ, ਅਸੀਂ ਮੀਟਿੰਗ ਕਰਕੇ ਉਹਦੇ ਬਾਅਦ ਫੈਸਲਾ ਕਰਨੀ ਹਾਲ ਜਾਂ ਕੱਲ ਨੂੰ ਦੱਸਾਂਗੇ ਤੁਹਾਨੂੰ। ਦੇਖੋ ਇਸ ਤਰ੍ਹਾਂ ਸਦਨ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਨੇ, ਉਹਨਾਂ ਨੇ ਮੰਗ ਪੱਤਰ ਸਾਡੇ ਤੇ ਕੀ ਸੋਚਿਆ, ਫਾਈਨਲ ਡਿਸੀਜਨ ਜਿਹੜਾ ਸਾਡੇ ਹੱਥ ਚ ਆਊਗਾ ਅਸੀਂ ਤਾਂ ਉਹੀ ਦੱਸ ਸਕਦੇ ਹਾਂ। ਸਦਨ ਦੇ ਵਿੱਚ ਕੌਣ ਕੀ ਬੋਲ ਗਿਆ ਸਟੇਟਮੈਂਟ ਹੁੰਦੀ ਕਿਸਾਨਾਂ, ਇਹ ਤਾਂ ਮੈਨੂੰ ਲੱਗਿਆ ਕਿੰਨੇ ਮੁੱਖ ਮੰਤਰੀਆਂ ਨੇ ਪਹਿਲਾਂ ਬੋਲਿਆ, ਪ੍ਰਧਾਨ ਮੰਤਰੀ ਬੋਲਦਾ ਰਹਿੰਦਾ ਵੀ ਕਿਸਾਨਾਂ ਨੂੰ ਵਿੱਚ ਬਿਠਾਵਾਂਗੇ। ਕਿਹੜੇ ਕਿਸਾਨ ਨੇ? ਕਿਸਾਨ ਤਾਂ ਕੁਛ ਵੀ ਕੋਈ ਵੀ ਹੋ ਸਕਦਾ। ਡਾਈਵਰਸੀਫਿਕੇਸ਼ਨ ਬਾਰੇ ਕੋਈ ਗੱਲ ਮੰਗ ਹੈਗੀ ਤੁਹਾਡੀ? ਦੇਖੋ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਹੀ ਹੋਣਗੀਆਂ ਜੇ ਅੱਜ ਦੀ ਮੀਟਿੰਗ ਚ ਕੁਝ ਖਾਸ ਖੇਤੀ ਨੀਤੀ ਹੈ ਜਿਹੜੀ ਉਹਦੇ ਵਿੱਚ ਹੀ ਸਾਰਾ ਕੁਝ, ਜਦੋਂ ਪਾਣੀ ਦਾ ਮਸਲਾ ਡਾਈਵਰਸੀਫਿਕੇਸ਼ਨ ਅੱਜ ਦੀ ਮੀਟਿੰਗ ਚ ਕੋਈ ਖਾਸ ਰਿਹਾ ਇਸ ਮੀਟਿੰਗ ਦੇ ਵਿੱਚ? ਖਾਸ ਨਹੀਂ, ਬਸ ਇਹ ਕਨਵਾਈ ਹੋਇਆ। ਗੁਰਾਂ ਸਾਹਿਬ ਇੱਕ ਹੋਰ ਗੱਲ, ਕਰਜ਼ਾ ਮੁਕਤੀ ਦੀ ਜਿਹੜੀ ਗੱਲ ਕੀਤੀ ਜਾਂਦੀ, ਕਰਜ਼ਾ ਕਿਹੜਾ ਮਾਫ ਕਰਾਉਣ ਦੀ ਗੱਲ ਕਰ ਰਹੇ ਹੋ? ਜਿਹੜਾ ਖੇਤੀ ਵਾਸਤੇ ਲਿੱਤਾ ਗਿਆ ਜਾਂ ਜਿਹੜਾ ਦੂਸਰਾ ਕਰਜ਼ਾ? ਦੂਸਰਾ ਕਿਹੜਾ ਕਰਜ਼ਾ ਹੁੰਦਾ ਜੀ ਕਿਸਾਨਾਂ ਦਾ? ਖੇਤੀ ਮਤਲਬ ਕੀ ਟਰੈਕਟਰਾਂ ਵਾਸਤੇ ਲੈ ਲਿਆ ਜਾਂ ਮੋਟਰਸਾਈਕਲ ਲੈ ਲਏ? ਦੇਖੋ ਕਿਸਾਨਾਂ ਨੇ ਖੇਤੀ ਦੀ ਆਮਦਨ ਦੇ ਵਿੱਚੋਂ ਜਦੋਂ ਕਾਸੇ ਵਾਸਤੇ ਵੀ ਜਿਹੜੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਾਸੇ ਤੇ ਕੋਈ ਐਜੂਕੇਸ਼ਨ ਤੇ ਵੀ ਲੈ ਸਕਦਾ, ਘਰ ਤੇ ਵੀ ਲੈ ਸਕਦਾ, ਟਰੈਕਟਰ ਤੇ ਵੀ ਲੈ ਲੈ, ਮੱਝਾਂ ਤੇ ਵੀ ਲੈਂਦਾ। ਤੁਸੀਂ ਕਿਸਾਨੀ ਨਾਲ ਜੁੜ ਕੇ ਨਾ ਦੇਖੋ ਸਾਰਾ ਕਰਜ਼ਾ ਕਹਿ ਰਹੇ ਹੋ, ਕਿਸਾਨੀ ਦਾ ਕਰਜ਼ਾ ਖਤਮ। ਭਾਰਤੀ ਕਿਸਾਨ ਯੂਨੀਅਨ, ਉਗਰਾਹਾਂ ਗਰੁੱਪ ਤੇ ਪੰਜਾਬ ਖੇਤ ਮਜ਼ਦੂਰ, ਪੰਜਾਬ ਖੇਤ ਮਜ਼ਦੂਰ ਜਿਹੜੇ ਯੂਨੀਅਨ, ਇਹਨਾਂ ਦੇ ਜਿਹੜੇ ਯੂਨੀਅਨਸ ਦੇ ਮੈਂਬਰਸ ਦੇ ਨਾਲ ਸਾਡੀ ਕਈ ਦੌਰ ਦੀ ਮੀਟਿੰਗ ਚੱਲੀ ਹੈ, ਪੂਰੇ ਏਜੰਡੇ ਡਿਸਕਸ ਹੋਏ ਨੇ। ਉਹ ਏਜੰਡਾ 2 ਤਰੀਕ ਨੂੰ ਮਾਨਯੋਗ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਰਿਸੀਵ ਕੀਤਾ ਸੀਗਾ। ਉਹ ਜਿਹੜੇ ਏਜੰਡੇ ਦੇ ਉੱਤੇ ਗੌਰਮੈਂਟ ਦੇ ਰਿਵਿਊ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਮੁੱਦੇ ਸੀ, ਕੁਛ ਪੋਲਿਸੀ ਮੈਟਰ ਦੇ ਨਾਲ ਸੀਗੇ, ਕੁਝ ਸੈਂਟਰ ਦੇ ਨਾਲ ਸੀਗੇ, ਕੁਝ ਸਟੇਟ ਦੇ ਨਾਲ ਸੀਗੇ, ਕੁਛ ਸ਼ਾਰਟ ਟਰਮ ਸੀ, ਕੁਛ ਲੌਂਗ ਟਰਮ ਸੀਗੇ। ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਇਹਨਾਂ ਨੂੰ ਅੱਜ ਇਹਨਾਂ ਨੂੰ ਇਹ ਦੱਸਿਆ ਕਿ ਇਹਨਾਂ ਸਾਰੇ ਮੁੱਦਿਆਂ 'ਤੇ ਮਾਨਯੋਗ ਸੀ ਐਮ ਸਾਹਿਬ ਨੇ ਵੀ ਜਿਹੜੇ ਕੰਸਰਨਡ ਜਿਹੜੇ ਮਹਿਕਮੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਇਹਨਾਂ ਨੂੰ ਮੈਂ ਦੱਸਿਆ ਕਿ ਕੱਲ੍ਹ ਸੀ ਐਮ ਸਾਹਿਬ ਨੇ ਖੁਦ ਆਪ ਮੀਟਿੰਗ ਲੈਣ ਦਾ ਫੈਸਲਾ ਕੀਤਾ ਔਰ ਕੱਲ੍ਹ 3 ਵਜੇ ਪੰਜਾਬ ਭਵਨ ਦੇ ਵਿੱਚ ਮਾਨਯੋਗ ਸੀ ਐਮ ਸਾਹਿਬ ਅਤੇ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਔਰ ਜਿਹੜੇ ਸੈਕਟਰੀਜ਼ ਕੰਸਰਨ ਨੇ, ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨੇ ਉਹ, ਔਰ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਉਗਰਾਹਾਂ ਅਤੇ ਖੇਤ ਮਜ਼ਦੂਰ ਜਿਹੜੇ ਯੂਨੀਅਨ, ਇਹਨਾਂ ਦੇ ਜਿਹੜੇ ਮੈਂਬਰਸ ਨੇ, ਇਹਨਾਂ ਦੇ ਨਾਲ ਉਹਨਾਂ ਏਜੰਡਾ ਪੁਆਇੰਟਸ 'ਤੇ ਕਰਨਗੇ ਔਰ ਉਹ ਸਾਰੇ ਵਿਚਾਰ ਗੋਸ਼ਟੀ, ਬਿਕੋਜ਼ ਇਹ ਜਿਹੜੇ ਪਹਿਲਾਂ ਵੀ ਕਾਫੀ ਟਾਈਮ ਤੋਂ ਜਿਹੜੇ ਮੁੱਦਿਆਂ 'ਤੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਇਮੀਡੀਏਟਲੀ ਹੋਣ ਵਾਲੀਆਂ, ਕੁਛ ਪੋਲਿਸੀ ਹੈ, ਸੋ ਕੱਲ੍ਹ ਜਿਹੜੀ ਹੈ ਉਹ ਮੀਟਿੰਗ ਹੋਏਗੀ। ਕੁਛ ਮੰਗਾਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ, ਕੀ ਕੁਛ ਮੰਗਾਂ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ, ਕੁਛ ਵਿਚਾਰ ਜਿਹੜਾ ਇਹਨਾਂ ਵੱਲ ਰੱਖਿਆ ਗਿਆ ਹੈਗਾ, ਕਿਹੜੀਆਂ ਮੰਗਾਂ ਮੰਨੀਆਂ ਜਾ ਸਕਦੀਆਂ, ਕਿਹੜੀਆਂ? ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਜੀ,
ਕਿ ਕੁਝ ਮੰਗਾਂ ਜਿਹੜੀਆਂ ਉਹ ਪਾਲਿਸੀ ਮੈਟਰਸ ਦੇ ਨਾਲ ਹੁੰਦੀਆਂ ਨੇ, ਕੁਝ ਸਟੇਟ ਲੈਵਲ ਤੇ ਹੁੰਦੀਆਂ, ਕੁਝ ਸੈਂਟਰ ਤੇ। ਕਾਫੀ ਲੰਬਾ ਜਿਹੜਾ ਇਹਨਾਂ ਦੇ ਸੀਗੇ, ਉਹਦੇ ਤੇ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਉਹ ਸਾਰੀਆਂ ਡਿਟੇਲਸ ਕੱਲ ਡਿਸਕਸ ਹੋ ਕੇ ਸੀਐਮ ਸਾਹਿਬ ਨੇ ਆਪ ਮੀਟਿੰਗ ਰੱਖੀ ਹੈ। ਕੀ ਤੁਸੀਂ ਇਸ ਮੀਟਿੰਗ ਤੋਂ ਸੈਟਿਸਫਾਈ ਹੋ, ਔਰ ਅੱਗੇ ਤੁਹਾਡਾ ਕੀ ਫੈਸਲਾ, ਕੀ ਅੱਗੇ ਤੁਹਾਡਾ ਸਟੈਪ ਲੈਣਾ?